वधेरे जानकारी लिए संपर्क करो गौरव गर्ग शेरपुर, मोबाइल 94170-36301 98141-36301 94170-36301 98141-36301। श्री उदासीन गोविंद गऊ धाम पिंड पैनी बड़िंगा सुखाणा जिला लुधियाना विखे समूह संगत दे सहयोग नाल गऊआं दी महान सेवा चल रही है। इस महान कार्य दी देखरेख पंडित कृष्ण कुमार जोशी जी लुधियाने वाले कर रहे हन। ਅਸਥਾਨ ਤੇ ਸਲਾਨਾ ਭੰਡਾਰਾ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਗਿਆ। ਇਸ ਮੌਕੇ ਅਰੰਭੇ ਸ਼੍ਰੀ ਰਮਾਇਣ ਪਾਠ ਦੇ ਭੋਗ ਪਾਏ ਗਏ, ਉਪਰੰਤ ਵਾਤਾਵਰਨ ਦੀ ਸ਼ੁੱਧਤਾ ਲਈ ਅਤੇ ਸਰਬੱਤ ਦੇ ਭਲੇ ਲਈ ਵਿਸ਼ਾਲ ਹਵਨ ਜਗ ਵੀ ਹੋਇਆ, ਜਿਸ ਵਿੱਚ ਸਾਰਿਆਂ ਨੇ ਪੂਰਨ ਅਹੁਤੀਆਂ ਪਾ ਕੇ ਆਪਣਾ ਜੀਵਨ ਸਫਲਾ ਕੀਤਾ। सबका स्वामी तेरे चरणों में चारों ਸਮਾਗਮ ਵਿੱਚ ਸ਼੍ਰੀ ਮਹੰਤ ਬੁੱਧ ਗਿਰ ਜੀ ਜਰਗ, ਮਹੰਤ ਰਾਮ ਨਾਰਾਇਣ ਗਿਰ ਜੀ ਰਾਮਪੁਰਾ, ਮਹੰਤ ਚਰਨਪੁਰੀ ਜੋਗੀ ਮਾਜਰਾ, ਮਹੰਤ ਕ੍ਰਿਸ਼ਨ ਮੁਨੀ ਸੇਖਾ, ਮਹੰਤ ਮਹਿੰਦਰ ਨਾਥ ਜੀ ਕੁੱਪ, ਮਹੰਤ ਬਚਨ ਦਾਸ ਜੀ ਧੂਰੀ, ਮਹੰਤ ਪੰਚਮ ਦਾਸ ਜੀ ਜੇਠੂਕੇ, ਸ਼੍ਰੀ ਮਹੰਤ ਭਗਵਾਨ ਦਾਸ ਜੀ ਆਨੰਦਪੁਰ ਕੇਸ਼ੋ, ਮਹੰਤ ਬੇਅੰਤ ਦਾਸ ਜੀ ਬਦੋਸ਼ੀ, ਮਹੰਤ ਵਿਦਿਆ ਗਿਰ ਜੀ ਘੁੜਾਣੀ, ਮਹੰਤ ਰਾਮਦਾਸ ਜੀ ਜੌਲਾ, ਮਹੰਤ ਮਿੱਠੂ ਦਾਸ ਜੀ ਚੱਕੂਆਣਾ, ਮਹੰਤ ਹਰਦੇਵ ਰਾਮ ਜੀ ਰੱਬੋ, ਮਹੰਤ ਸਚਕਾਨੰਦ ਜੀ ਗੁਰਮਾ, ਮਹੰਤ ਮਾਨ ਦਾਸ ਜੀ ਗੁਰਮਾ, ਮਹੰਤ ਤਰਵੈਣੀ ਦਾਸ ਜੀ ਕੇਲੋ ਸਮੇਤ ਅਨੇਕਾਂ ਮਹਾਂਪੁਰਸ਼ ਪੁੱਜੇ। ਭੋਗ ਪੈਣ ਉਪਰੰਤ ਆਰਤੀ ਵੀ ਕੀਤੀ ਗਈ, ਜਿਸ ਵਿੱਚ ਸਾਰੀਆਂ ਸੰਗਤਾਂ ਨੇ ਹਾਜ਼ਰੀ ਲਗਵਾਈ। ਜਗਦਾਤਾ ਵਿਸ਼ਵ ਵਿਧਾਤਾ ਤੂੰ ਹੀ, 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 ਸੁਭ ਤੂੰ ਹੀ ਸ਼ਾਮ ਤੇਰਾ।
ਸਾਡੇ ਰਿਪੋਰਟਰ ਗੌਰਵ ਗਰਗ ਸ਼ੇਰਪੁਰ ਨਾਲ ਗੱਲਬਾਤ ਕਰਦਿਆਂ ਮਹੰਤ ਹਰੀਗਿਰ ਜੀ ਕੋਟਕਪੁਰਾ ਨੇ ਆਪਣੇ ਵਿਚਾਰ ਰੱਖੇ। ਗਊ ਮਾਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਔਰ ਗਊ ਮਾਤਾ ਦੀ ਸੇਵਾ ਕਰਨਾ ਹਰ ਇੱਕ ਦਾ ਫਰਜ਼ ਹੈ ਔਰ ਹੋਰ ਸਾਰੇ ਜਿਹੜੇ ਮੱਝਾਂ ਹੈ ਬੱਕਰੀਆਂ ਹੈ ਉਹਨਾਂ ਦਾ ਦੁੱਧ ਹੈ ਪਰ ਗਊ ਮਾਤਾ ਦਾ ਜਿਹੜਾ ਦੁੱਧ ਹੈ ਉਹ ਅੰਮ੍ਰਿਤ ਹੈ। ਇਸ ਵਾਸਤੇ ਇਸ ਅੰਮ੍ਰਿਤ ਨੂੰ ਜ਼ਰੂਰ ਗ੍ਰਹਿਣ ਕਰਨਾ ਚਾਹੀਦਾ ਹੈ, ਗਊਆਂ ਦੀ ਸੇਵਾ ਕਰਨੀ ਚਾਹੀਦੀ ਹੈ। ਕ੍ਰਿਸ਼ਨ ਕੁਮਾਰ ਜੋਸ਼ੀ ਦੀ ਜੀ ਦੇ ਜਿਹੜਾ ਸੀ ਉਹਨਾਂ ਦੇ ਦੇਖ ਰੇਖ ਦੇ ਵਿੱਚ ਹੋ ਰਿਹਾ ਹੈ, ਬਹੁਤ ਹੀ ਸੁੰਦਰ, ਬਹੁਤ ਹੀ ਵਧੀਆ। ਉਹ ਇੱਕ ਬਹੁਤ ਹੀ ਸੰਤ ਮਹਾਤਮਾ ਸਾਰੇ ਏਰੀਏ ਦੇ ਬੜੇ ਅੱਛੇ ਅੱਛੇ ਉੱਚ ਕੋਟੀ ਦੇ ਮਹਾਤਮਾ ਉਹਨਾਂ ਦੇ ਅਸੀਂ ਦਰਸ਼ਨ ਕਰ ਰਹੇ ਹਾਂ, ਸੇਵਾ ਕਰ ਰਹੇ ਹਾਂ ਔਰ ਗਊਸ਼ਾਲਾ ਵੀ ਅਸੀਂ ਦੇਖ ਕਰਕੇ ਹਾਂ। ਬਹੁਤ ਸੁੰਦਰ ਗਊਆਂ ਦਾ ਜਿਹੜੀ ਸੇਵਾ ਬਹੁਤ ਵਧੀਆ ਹੋ ਰਹੀ ਹੈ ਔਰ 108 ਹਵਨ ਕੁੰਡ ਬਣਾਏ ਗਏ, ਹਵਨ ਕੀਤੇ ਗਏ ਔਰ ਕਿਉਂਕਿ ਹਵਨ ਦਾ ਬਹੁਤ ਵੱਡਾ ਮਹੱਤਵ ਹੈ, ਹਵਨ ਕਰਨ ਦੇ ਨਾਲ ਸਾਡੇ ਸਾਰੇ ਪਾਪ ਕੱਟੇ ਜਾਂਦੇ ਹੈ। ਬੀਬੀਆਂ ਵੱਲੋਂ ਤਿਆਰ ਕੀਤਾ ਗਿਆ ਭੰਡਾਰਾ ਸਾਰੇ ਮਹਾਂਪੁਰਸ਼ਾਂ ਅਤੇ ਸੰਗਤਾਂ ਨੇ ਇਕੱਠੇ ਬੈਠ ਕੇ ਛਕਿਆ ਅਤੇ ਪੰਡਿਤ ਕ੍ਰਿਸ਼ਨ ਕੁਮਾਰ ਜੋਸ਼ੀ ਜੀ ਨੇ ਆਏ ਮਹਾਂਪੁਰਸ਼ਾਂ ਦੀ ਪੰਗਤ ਪੂਜਾ ਵੀ ਕੀਤੀ।